1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਨੇ। ਜਿੱਥੇ ਸਿਆਸਤ ਦੀ ਗਰਮੀ ਭਖਦੀ ਜਾ ਰਹੀ ਹੈ, ਉੱਥੇ ਮੌਸਮ ਨੇ ਵੀ ਆਪਣਾ ਰੁੱਖ ਦਿਖਾਉਣਾ ਸ਼ੁਰੂ ਕਰਤਾ। ਗਰਮੀ ਇੰਨੀ ਕੁ ਜ਼ਿਆਦਾ ਵੱਧ ਗਈ ਕਿ ਲੋਕਾਂ ਨੂੰ ਬਾਹਰ ਨਿਕਲਣ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੂਰਜ ਇਸ ਵਕਤ ਚਮਕ ਰਿਹਾ, ਪਾਰਾ ਦਿਨ ਦਾ 45 ਤੋਂ 46 47 ਡਿਗਰੀ ਪਾਰ ਹੋ ਜਾਂਦਾ, ਤਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦਿਨ ਦੇ ਕੰਮ ਕਰਨੇ ਨੇ, ਅਲੱਗ ਅਲੱਗ ਕੰਮਾਂ ਦੇ ਵਾਸਤੇ ਬਾਹਰ ਨਿਕਲਣਾ ਪੈਂਦਾ, ਤਾਂ ਦੁਪਹਿਰ ਦੇ ਵਿੱਚ ਗਰਮੀ ਇੰਨੀ ਕੁ ਜ਼ਿਆਦਾ ਵੱਧ ਜਾਂਦੀ ਆ ਵੀ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਬਾਈ ਜੀ ਮੌਜੂਦ ਨੇ, ਨਾਮ ਕੀ ਹੈ ਬਾਈ ਜੀ ਆਪਣਾ? ਜਰਨੈਲ ਸਿੰਘ ਮਾਝੀ। ਮਾਝੀ ਸਾਹਿਬ, ਗਰਮੀ ਬਹੁਤ ਜ਼ਿਆਦਾ ਵੱਧ ਗਈ, ਤਪਸ਼ ਇੱਕਦਮ ਵੱਧ ਗਈ, ਕੀ ਕਹਿਣਾ ਚਾਹੋਗੇ? ਗਰਮੀ ਨੇ ਇਹਦਾ ਰਿਕਾਰਡ ਤੋੜਤਾ ਜੀ, ਬਹੁਤ ਸਾਲਾਂ ਬਾਅਦ ਮਤਲਬ ਇੰਨੀ ਗਰਮੀ ਦੇਖ ਰਹੇ ਹਾਂ। ਆਪਣੀ ਉਮਰ ਚ ਅਸੀਂ ਤਾਂ ਨਹੀਂ ਇੰਨੇ ਮਲਾਹ ਦਿਨਾਂ ਦੇ ਵਿੱਚ ਇੰਨੀ ਦੇਖੀ ਹੈ ਕਿ ਗਰਮੀ ਪੈਂਦੀ ਤਾਂ ਹੈਗੀ, ਲੇਕਿਨ ਇਹ ਤਾਂ ਹੁਣ ਤਾਂ ਜਮੇ ਸਿਰੇ ਲੱਗੀ ਪਈ ਆ, ਲੋਕ ਬਾਹਰ ਨਹੀਂ ਨਿਕਲ ਸਕਦੇ, ਹੱਥ ਪੱਪ ਹੁੰਦੇ ਨੇ, ਹੱਥਾਂ ਦੇ ਪੈਰਾਂ 'ਤੇ ਜਿਵੇਂ ਕੋਈ ਅੱਗ ਮੱਚ ਰਹੀ ਹੁੰਦੀ ਆ, ਇਸ ਤਰ੍ਹਾਂ ਦੀ ਗਰਮੀ ਪੈ ਰਹੀ ਆ। ਲੋਕ ਕਹਿੰਦੇ 5-6 ਦਿਨ ਹੋਰ ਪੈਣੀਆਂ, ਹਜੇ ਮੌਸਮ ਵਿਭਾਗ ਨੇ ਸਾਫ਼ ਤੌਰ 'ਤੇ ਕਹਿਤਾ। ਇਸ ਹਿਸਾਬ ਨਾਲ ਤਾਂ ਲੋਕਾਂ ਤੋਂ ਕੰਮ ਕਰਨਾ ਹੀ ਬਹੁਤ ਹੋ ਜੂਗਾ, ਜਿਹੜੇ ਹੋਰ ਨੇ ਦੁਕਾਨਾਂ ਨੇ ਹੋਰ ਨੇ, ਸਾਰੇ ਕਾਰੋਬਾਰ ਠੱਪ ਹੋਏ ਪਏ ਨੇ, ਲੋਕ ਬਾਜ਼ਾਰ 'ਚ ਬਾਹਰ ਨਹੀਂ ਆਉਂਦੇ, ਨਿਕਲਣ ਨੂੰ ਤਿਆਰ ਨਹੀਂ ਹੈਗੇ ਗਰਮੀ ਕਰਕੇ। ਅਗਲਾ ਕਹਿੰਦਾ ਉਈ ਨਾ ਕਿਤੇ ਫੁੜਕ ਜੀਏ, ਡਰਦਾ ਅਗਲਾ ਹਰ ਇੱਕ ਬੰਦਾ ਜੀ। ਮਈ ਮਹੀਨੇ ਦੇ 10 ਦਿਨ ਪਏ ਨੇ, ਜੂਨ ਦੇ ਵਿੱਚ ਕੀ ਹਾਲਾਤ ਹੋਣਗੇ, ਜੁਲਾਈ ਦੇ ਵਿੱਚ ਕੀ ਹਾਲਾਤ ਹੋਣਗੇ? ਲਗਾਤਾਰ ਜਿਹੜਾ ਹੈਗਾ ਮੌਸਮ ਹੋਰ ਹਮਲਾ ਕਰੂਗਾ, ਕੀ ਕਹਿਣਾ ਚਾਹੁੰਦੇ ਹੋ? ਹਜੇ ਤਾਂ ਮਈ ਓ ਚੱਲ ਰਿਹਾ ਜੀ, ਇਸ ਹਿਸਾਬ ਨਾਲ ਮਤਲਬ ਗਰਮੀ ਪਈ ਫਿਰ ਤਾਂ ਕੁਛ ਵੀ ਕਹਿ ਦੇ ਵੀ ਮਤਲਬ ਫਿਰ ਤਾਂ ਮਾਲ ਕੇ ਜਾਣਦਾ ਕੀ ਬਣੂਗਾ। ਜਿਹੜਾ ਹੁਣ ਵੀ ਮਤਲਬ ਲੋਕ ਬਾਹਰ ਨਿਕਲਣ ਨੂੰ ਤਿਆਰ ਨਹੀਂ ਹੈਗੇ, ਗਰਮੀ ਮਤਲਬ ਹੱਦ ਤੋਂ ਵੱਧ ਪੈ ਰਹੀ ਹੈ, ਜੇ ਇਸ ਤੋਂ ਬਾਅਦ ਹੋਰ ਮਤਲਬ ਟੈਂਪਰੇਚਰ ਵੱਧ ਗਿਆ ਫਿਰ ਤਾਂ ਮਰਨ ਵਾਲਾ ਕੰਮ ਹੈ, ਜਿਵੇਂ ਕੈਨੇਡਾ 'ਚ ਕਹਿੰਦਾ ਹੁੰਦਾ ਉਹ ਚੀਰਦਾਂ ਦੀਆਂ, ਮਤਲਬ ਇੰਨੀ ਗਰਮੀ ਪੈਂਦੀ ਹੈ। ਬੱਚਿਆਂ ਦਾ ਸਮਾਂ ਬਦਲਤਾ ਉੱਧਰ, ਮੈਂ ਕਹੂੰਗਾ ਦਿਖਾਓ ਤਾਂ ਬੱਚਿਆਂ ਨੂੰ ਕਿੰਨਾ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜੇ 12 ਵਜੇ ਛੁੱਟੀ ਹੁੰਦੀ ਹੈ ਤਾਂ 12 ਵਜੇ ਵੀ ਕਹਿੰਦੇ ਪਾਰਾ ਪੂਰਾ ਹਾਈ ਲੈਵਲ 'ਤੇ ਹੁੰਦਾ, ਜ਼ਿਆਦਾ ਹੁੰਦਾ ਜੀ, ਮਤਲਬ ਬੱਸਾਂ ਤਪ ਰਹੀਆਂ ਹੁੰਦੀਆਂ ਨੇ, ਬਹੁਤ ਔਖਾ ਬੱਚਿਆਂ ਨੂੰ, ਨਿੱਕੇ ਨਿੱਕੇ ਬੱਚੇ ਨੇ, ਉਹ ਕੀ ਕਰਨ? ਮਤਲਬ ਮੇਰੇ ਹਿਸਾਬ 'ਚ ਉਹਨਾਂ ਟਾਈਮ ਬਦਲ ਦੇਣਾ ਚਾਹੀਦਾ ਹੁਣ ਸਕੂਲਾਂ ਦਾ। ਬਿਲਕੁਲ ਬਿਲਕੁਲ ਵੀਰ, ਕੀ ਨਾਮ ਆਵੇ ਜੀ? ਮੁਕੇਸ਼ ਸਿੰਗਲਾ ਜੀ। ਸਿੰਗਲਾ ਸਾਹਿਬ, ਇੱਕ ਪਾਸੇ ਤਾਂ ਚੋਣਾਂ ਚੱਲ ਰਹੀਆਂ ਨੇ, ਚੋਣਾਂ ਦੀ ਗਰਮੈਸ਼ ਵੱਧ ਰਹੀ ਆ, ਪ੍ਰੋਗਰਾਮ ਹੁੰਦੇ ਨੇ, ਉੱਧਰ ਦਿਖਾਊਂਗਾ ਇੱਕ ਪਾਰਟੀ ਦਾ ਪ੍ਰੋਗਰਾਮ ਹੋ ਰਿਹਾ, ਤਾਂ ਦੂਜੇ ਪਾਸੇ ਜਿਹੜੀ ਇੱਕਦਮ ਮੌਸਮੀ ਗਰਮੀ ਵਧਣਾ ਸ਼ੁਰੂ ਹੋ ਗਈ, ਕਿੰਨਾ ਕੁ ਜ਼ਿਆਦਾ ਲੱਗਦਾ ਵੀ ਮੌਸਮ ਨੇ ਇੱਕਦਮ ਜਿਹੜਾ ਹੈਗਾ ਅਟੈਕ ਕੀਤਾ? ਮੌਸਮ ਨੇ ਬਹੁਤ ਜਲਦੀ ਹੈ ਜੀ ਜਿਹੜਾ ਅਟੈਕ ਕੀਤਾ, ਗਰਮੀ ਬਹੁਤ ਜ਼ਿਆਦਾ ਇੱਕਦਮ ਪੈਣ ਲੱਗ ਗਈ, ਜਿਹਦੇ ਨਾਲ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲ ਨਹੀਂ ਸਕਦੇ, ਮਾਰਕੀਟ ਵਿਹਲੀ ਪਈ ਹੈ, ਦੁਕਾਨਦਾਰ ਵਿਹਲੇ ਬੈਠੇ ਨੇ, ਕੋਈ ਉਹਨਾਂ ਕੋਲ ਕੰਮ ਕਰ ਨਹੀਂ ਆ ਰਿਹਾ। ਤੁਸੀਂ ਤਾਂ ਦੁਕਾਨ ਕਰਦੇ ਹੋ ਆਪਣੀ? ਬਿਲਕੁਲ ਜੀ। ਦੁਪਹਿਰੇ ਕਿੰਨਾ ਕੁ ਗਾਹਕ ਹੁੰਦਾ? ਦੁਪਹਿਰੇ ਤਾਂ ਜੀ ਤੁਸੀਂ ਐਂ ਲਗਾ ਲਓ, ਜੇ ਆਪਾਂ ਲਾਈਏ ਤਾਂ ਉਹਦੇ ਜਾਨਵਰ ਵੀ ਨਹੀਂ ਕੋਈ ਹੁੰਦਾ ਬਾਜ਼ਾਰ ਦੇ ਵਿੱਚ, ਬੰਦਾ ਤਾਂ ਕੀ ਹੋਣਾ, ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ। ਆਉਣ ਵਾਲਾ ਸਮਾਂ ਕਿਵੇਂ ਆ, ਜਿਵੇਂ ਹੁਣ ਸਬਜ਼ੀ ਮੰਡੀ ਆਪਾਂ ਦੇਖ ਰਹੇ ਹਾਂ, ਤਾਂ ਇੱਕ ਮਿੰਟ ਆਪਾਂ ਨਾਲ ਨਾਲ ਤਸਵੀਰਾਂ ਵੀ ਦਿਖਾ ਦਈਏ ਵੀ ਬਿਲਕੁਲ ਖਾਲੀ ਪਈ ਆ, ਕੋਈ ਗਾਹਕ ਨਹੀਂ, ਪਾਣੀ ਲੋਕ ਕਿਤੇ ਨਾ ਕਿਤੇ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਠੰਡੇ ਪਾਣੀ ਵੱਲ। 5-4 ਦਿਨ ਪਹਿਲਾਂ ਤਾਂ ਗਰਮੀ ਠੀਕ ਸੀ, ਹੁਣ ਇੱਕਦਮ ਜਿਹੜਾ ਹੈਗਾ ਅਸਰ ਦਿਖਾਉਣਾ ਸ਼ੁਰੂ ਕੀਤਾ ਗਰਮੀ ਨੇ। ਇਹ ਦੇਖੋ ਜੀ, ਤੁਸੀਂ ਹਜੇ ਤਾਂ ਗਰਮੀ ਦੀ ਸ਼ੁਰੂਆਤ ਹੈ, ਹਜੇ 3 ਮਹੀਨੇ ਗਰਮੀ ਦੇ ਹੋਰ ਪਏ ਨੇ ਮੇਜਰ, ਤਾਂ ਅੱਗੇ ਗਰਮੀ ਜੇ ਇਸੇ ਹਿਸਾਬ ਨਾਲ ਵੱਧਦੀ ਰਹੀ ਤਾਂ ਲੋਕਾਂ ਦਾ ਜੀਵਣਾ ਤਾਂ ਉੱਭਰ ਹੋ ਜਾਏਗਾ। ਪਰ ਹੁਣ ਵੋਟਾਂ ਦੇ ਵਿੱਚ ਵੀ ਲੋਕ ਕਿਤੇ ਨਾ ਕਿਤੇ ਬਾਹਰ ਨਿਕਲ ਰਹੇ ਨੇ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ, ਤਾਂ ਲੱਗਦਾ ਨਹੀਂ ਹੈ ਜੀ, ਜਿਹੜੇ ਉਮੀਦਵਾਰ ਨੇ ਉਹਨਾਂ ਨੇ ਵੀ ਆਪਣਾ ਪ੍ਰਚਾਰ ਕਰਨਾ ਹੀ ਹੈ, ਜਿਹੜੇ ਆਪਣੇ ਵਰਕਰ ਨੇ ਉਹਨਾਂ ਨੂੰ ਵੀ ਜਾਣਾ ਪੈਂਦਾ ਹੈ ਮਜ਼ਬੂਰੀ ਦੇ ਵਿੱਚ, ਇੰਨੀ ਗਰਮੀ 'ਚ ਨਿਕਲਣ ਨੂੰ ਕਿਸੇ ਦਾ ਜੀ ਨਹੀਂ ਕਰਦਾ, ਪਰ ਮਜ਼ਬੂਰੀ 'ਚ ਜਾਣਾ ਪੈਂਦਾ, ਆਪਦੇ ਜਿਹੜਾ ਆਪਦਾ ਲੀਡਰ ਹੈ ਉਹਦੀ ਸਪੋਰਟ ਕਰਨ ਲਈ ਜਾਣਾ ਪੈਂਦਾ, ਆਉਣਾ ਪੈਂਦਾ, ਕੀ ਕਰੀਏ ਮਜ਼ਬੂਰੀ। ਸਿਆਸੀ ਗਰਮੀ 'ਚ ਹੁਣ ਵਿੱਚ ਪਿਸਣਗੇ ਜਿਹੜੇ ਹੈਗੇ ਨੇ, ਮੌਸਮੀ ਗਰਮੀ ਪਿਸੂਗੀ ਸਿਆਸੀ ਗਰਮੀ, ਪਿਸਣਗੇ ਵੀ ਜੀ, ਜਦੋਂ ਬੰਦੇ ਨੂੰ ਆਪਦੇ ਕੈਂਡੀਡੇਟ ਪ੍ਰਤੀ ਕੁਛ ਉਹਨੇ ਕਰਨਾ ਹੁੰਦਾ, ਜਜ਼ਬਾ ਹੁੰਦਾ, ਤਾਂ ਉਹ ਗਰਮੀ ਨੂੰ ਸਹਾਰ ਲੈਂਦਾ, ਕੁਛ ਨਹੀਂ ਲੱਗਦੀ ਉਹਨੂੰ ਗਰਮੀ। ਬਿਲਕੁਲ, ਇੱਧਰ ਮਜ਼ਦੂਰ ਭਾਈਚਾਰਾ ਬੈਠਾ ਇਹਨਾਂ ਨਾਲ ਕਰਦੇ ਹਾਂ ਗੱਲਬਾਤ, ਆ ਸਰਦਾਰ ਸਾਹਿਬ ਬੈਠੇ ਨੇ, ਸਰਦਾਰ ਜੀ ਕਿਉਂ ਕੀ ਹਾਲ ਚਾਲ, ਕੀ ਨਾਮ ਆ ਜੀ? ਮੇਜਰ ਸਿੰਘ ਜੀ। ਗਰਮੀ ਇੱਕਦਮ ਪੈਣੀ ਸ਼ੁਰੂ ਹੋਈ ਆ, ਆਪਾਂ ਗਰਮੀ ਤੋਂ ਉੱਪਰ ਗੱਲ ਕਰ ਰਹੇ ਹਾਂ, ਇੱਕ ਪਾਸੇ ਦਾ ਸਿਆਸੀ ਗਰਮੀ ਚੱਲ ਰਹੀ ਆ, ਚੋਣਾਂ ਦਾ ਜਿਹੜਾ
ਅਖਾੜਾ ਭਖਦਾ, ਪਰ ਦੂਜੇ ਪਾਸੇ ਨਾਲ ਦੇ ਨਾਲ ਗਰਮੀ ਦਾ ਅਟੈਕ ਸ਼ੁਰੂ ਹੋ ਗਿਆ। 5-6 ਦਿਨ ਕਹਿੰਦੇ ਬਹੁਤ ਜ਼ਿਆਦਾ ਗਰਮੀ ਪੈਣੀ ਹੈ ਹਜੇ। ਗਰਮੀ ਦਾ ਦੇਖੋ, ਇਹ ਮੌਸਮ ਜੇ ਜੇਠ ਨਹੀਂ ਤੱਪੂਗਾ ਹੋਰ ਕੀ ਤੱਪੂਗਾ। ਜੇ ਆਪਾਂ ਕੁਦਰਤ ਦੇ ਨਿਯਮ ਦੇ ਹਿਸਾਬ ਨਾਲ ਦੇਖੀਏ ਤਾਂ ਜੇਠ ਤੱਪਣਾ ਚਾਹੀਦਾ, ਇਹਦੀ ਵੀ ਲੋੜ ਹੈਗੀ ਜੀ ਮਤਲਬ ਸਾਡੇ ਮੌਸਮ ਨੂੰ। ਅਤੇ ਹਾਂ, ਇਹ ਜ਼ਰੂਰ ਹੈ ਵੀ ਇਹ ਗਰਮੀ ਦੇ ਵਿੱਚ ਸਾਨੂੰ ਜਿਹੜੇ ਖਾਸ ਕਰਕੇ ਸਿਆਣੇ ਸਰੀਰ ਵਾਲਿਆਂ ਨੂੰ, ਹੋਰਾਂ ਨੂੰ, ਇਹਨਾਂ ਨੂੰ ਬਚਣਾ ਚਾਹੀਦਾ। ਅਤੇ ਹੋਰ ਵੀ ਜਿਹੜੇ ਇਸ ਸੁਰਤ ਗਰਮੀ ਤੋਂ ਬਚਣ ਲਈ, ਪਰ ਕੁਦਰਤ ਦੀ ਤੁਸੀਂ ਗੱਲ ਕੀਤੀ ਆ, ਇੱਕ ਰੁੱਖ ਦਿਖਾਉਂਦਾ, ਚਾਰੇ ਪਾਸੇ ਤਪਸ਼ ਪੈ ਰਹੀ ਆ, ਇਹ ਇੱਕ ਰੁੱਖ ਦੇ ਥੱਲੇ ਲੋਕ ਗਰਮੀ ਤੋਂ ਬਚ ਰਹੇ ਨੇ। ਲੱਗਦਾ ਵੀ ਇੱਕ ਰੁੱਖ 100 ਸੁੱਖ ਰੁੱਖਾਂ ਨੂੰ ਕਿਤੇ ਨਾ ਕਿਤੇ ਜਿਹੜੇ ਵੱਢਦੇ ਜਾ ਰਹੇ ਹਾਂ, ਕੱਟਦੇ ਜਾ ਰਹੇ ਹਾਂ, ਲੱਗਦਾ ਵੀ ਕੁਦਰਤ ਨਾਲ ਛੇੜਛਾੜ ਹੈ। ਹਾਂ, ਇਹ ਬਹੁਤ ਵੱਡਾ ਦਿਖਾਉਂਦਾ ਹੈ। ਜਾਣੀ ਮੈਂ ਸਾਡੇ ਇੱਧਰ ਨਹਿਰ ਸੂਏ 'ਤੇ ਵੀ ਦੇਖਿਆ, ਉਹ ਜਿਹੜੀ ਅੱਗ ਲੱਗੀ ਹੋਈ ਹੈ ਉਹ ਮਤਲਬ ਹਜ਼ਾਰਾਂ ਜਿਹੜੇ ਰੁੱਖ ਨੇ ਜਿਹੜੇ ਛੋਟੇ ਛੋਟੇ ਖਾਸ ਕਰਕੇ ਉਹ ਖਤਮ ਹੋ ਰਹੇ ਨੇ। ਯਾਨੀ ਲੱਗ ਘੱਟ ਰਹੇ ਨੇ, ਯਾਨੀ ਇਸ ਰੂਪ ਦੇ ਵਿੱਚ ਜ਼ਿਆਦਾ ਉਹ ਕਰ ਰਹੇ ਨੇ। ਜਿਵੇਂ ਹੁਣ ਆਪਾਂ ਇਹ ਰੁੱਖ ਦਿਓ, ਜਿਵੇਂ ਤੁਸੀਂ ਗੱਲ ਕਰਦੇ ਹੋ, ਇਹ ਰੁੱਖ ਮਤਲਬ ਜਿਹੜੇ ਏਸੀ ਵਗੈਰਾ ਨੇ ਜਾਂ ਹੋਰ ਨੇ, ਉਹ ਇਹਨਾਂ ਦੀ ਕੋਈ ਰੀਸ ਨਹੀਂ ਕਰ ਸਕਦੇ। ਇਹ ਕੁਦਰਤੀ ਉਹ ਚੀਜ਼ ਹੈ, ਠੰਡਕ ਵੀ ਦਿੰਦੇ ਨੇ, ਆਕਸੀਜਨ ਵੀ ਦਿੰਦੇ ਨੇ, ਅਤੇ ਰੁੱਖਾਂ ਕਰਕੇ ਬਚਾਇਆ। ਰੁੱਖ ਤਾਂ ਸਾਡਾ ਯਾਨੀ ਮਤਲਬ ਯਾਨੀ ਪੁੱਤਾਂ ਨਾਲ ਵੀ ਪਿਆਰੇ ਹੋਣੇ ਚਾਹੀਦੇ ਨੇ। ਬਿਲਕੁਲ, ਇੱਧਰਲੇ ਪਾਸੇ ਅਗਰ ਮੈਂ ਦੇਖਾਂ ਤਾਂ ਤੁਸੀਂ ਦੇਖੋਗੇ ਸੂਰਜ ਬਿਲਕੁਲ ਆਪਣਾ ਪ੍ਰਕੋਪ ਦਿਖਾ ਰਿਹਾ। ਇੱਕ ਪਾਸੇ ਸਿਆਸੀ ਜਿਹੜੇ ਹੈਗੇ ਨੇ ਪ੍ਰੋਗਰਾਮ ਹੋ ਰਹੇ ਨੇ, ਸਿਆਸਤ ਦੇ ਨਾਲ ਲਗਾਤਾਰ ਚੋਣਾਂ ਕਰਕੇ ਲੋਕ ਜੁੜੇ ਹੋਏ ਨੇ, ਤਾਂ ਸਿਆਸੀ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਨੂੰ ਜਾਣਾ ਪੈ ਰਿਹਾ, ਆਪਣੇ ਆਪਣੇ ਕੈਂਡੀਡੇਟਾਂ ਦਾ ਪ੍ਰਚਾਰ ਕਰਨਾ ਪੈ ਰਿਹਾ। ਪਰ ਦੂਜੇ ਪਾਸੇ ਜਿਹੜਾ ਹੈਗਾ ਮੌਸਮ, ਉਹ ਕਿਤੇ ਨਾ ਕਿਤੇ ਵੱਡੇ ਤਰੀਕੇ ਦੇ ਉੱਪਰ ਹਮਲਾ ਕਰਦਾ ਨਜ਼ਰ ਆ ਰਿਹਾ ਲੋਕਾਂ ਦੇ ਉੱਪਰ। ਸੂਰਜ ਜਿਹੜੀ ਧੁੱਪ ਹੈਗੀ ਆ ਉਹ 46-47 ਡਿਗਰੀ ਤੱਕ ਜਿਹੜਾ ਹੈਗਾ ਦਿੰਦਾ ਤਾਪਮਾਨ ਪਹੁੰਚ ਜਾਂਦਾ, ਜਿਹਦੇ ਕਾਰਨ ਆਉਣ ਵਾਲੇ 5 ਦਿਨ ਜਿਹੜੇ ਮੌਸਮ ਵਿਭਾਗ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜਿਹੜੀ ਲੋਅ ਹੈਗੀ ਆ, ਜਿਹੜੀ ਗਰਮੀ ਹੈਗੀ ਆ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਅਸਰ ਉਹ ਦਿਖਾਊਗੀ। ਤਾਂ ਕੈਮਰਾ ਪਰਸਨ ਵਿਕਾਸ ਮਿੱਤਲ ਦੇ ਨਾਲ ਚਰਨਜੀਤ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।